ईरान दे राष्ट्रपति इब्राहिम रेसी दी हेलीकॉप्टर हादसे विच मौत तो बाद मोहम्मद मोखबर नू चोणा तक राष्ट्रपति दी जिम्मेवारी सौंपी गई है। इब्राहिम रेसी दा हेलीकॉप्टर एतवार नू हादसे दा शिकार हो गया सी, जिस विच उना दी मौत हो गई सी। ईरान दे इस्लामी गणराज दे संविधान दी धारा 131 दे मुताबक राष्ट्रपति दी मौत दी स्थिति विच उपराष्ट्रपति अगवाई दी मंजूरी नाल राष्ट्रपति दीयां शक्तियां अते जिम्मेवारियां नू ग्रहण करदे ने। संविधान दे अनुसार उपराष्ट्रपति वध तो वध 50 दिनां दी म्याद दे अंदर नवें राष्ट्रपति दी चोण दा प्रबंध करन लई पाबंद ने। उपराष्ट्रपति बनन तो पहला मोहम्मद मोखबर लगभग 15 सालां तक फरमान इमाम नाम दे संगठन दे कार्यकारी स्टाफ दे मुखी सन। फरमान इमाम ईरान दा एक बहुत शक्तिशाली संगठन है जो देश दे सुप्रीम लीडर आयतुल्ला खामेनेई दे सिद्धे कंट्रोल विच है। मोहम्मद मोखबर दा जन्म साल 1955 विच ईरान दे खुजेस्तान सूबे दे देजफुल शहर विच होया सी। उन्हां दा परिवार धार्मिक प्रवृत्ति वाला सी अते उन्हां दे पिता शेख अब्बास मोखबर एक प्रचारक अते मौलवी सन। ईरान मीडिया दे अनुसार मोखबर कोल इलैक्ट्रिकल इंजीनियर विच ग्रेजुएशन दी डिग्री अते मैनेजमेंट विच मास्टर दी डिग्री है। उन्होंने प्रबंधन अते आर्थिक विकास विच डॉक्टरेट भी कीती हुई है। इस तो इलावा उन्होंने अंतरराष्ट्रीय कानून विच पीएचडी भी कीती है। 1980 दे दहाके विच ईरान इराक युद्ध दौरान मोखबर नू इस्लामिक रिपब्लिकन गार्ड्स कोर दे एक सेहत अधिकारी वजो नियुक्त किया गया सी। ਉਹ ਕੁਝ ਸਮਾਂ ਕੁਜੇਸਥਾਨ ਦੇ ਡਿਪਟੀ ਗਵਰਨਰ ਵੀ ਰਹੇ ਨੇ। ਸਾਲ 2006 ਵਿੱਚ ਈਰਾਨ ਦੀ ਸਰਕਾਰ ਦੀ ਬੁਨਿਆਦ ਆਖੀ ਜਾਣ ਵਾਲੀ ਸੰਸਥਾ ਫਰਮਾਨ ਇਮਾਮ ਦੇ ਕਾਰਜਕਾਰੀ ਹੈੱਡਕੁਆਰਟਰ ਦੇ ਮੁਖੀ ਵਜੋਂ ਮੋਖਬਰ ਦੀ ਨਿਯੁਕਤੀ ਹੋਈ। ਇਹ ਨਿਯੁਕਤੀ ਉਹਨਾਂ ਦੇ ਕਰੀਅਰ ਦੀ ਸਭ ਤੋਂ ਮਹੱਤਵਪੂਰਨ ਨਿਯੁਕਤੀ ਮੰਨੀ ਗਈ। ਫਰਮਾਨ ਇਮਾਮ ਦੇ ਹੱਥ ਵਿੱਚ ਈਰਾਨ ਦੇ ਇਸਲਾਮਿਕ ਗਣਰਾਜ ਦੇ ਸੁਪਰੀਮੋ ਦੇ ਕੰਟਰੋਲ ਅਧੀਨ ਜਾਇਦਾਦ ਦੇ ਪ੍ਰਬੰਧਨ ਨੇ। ਇਹ ਸੰਗਠਨ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਜ਼ਬਤ ਕੀਤੀਆਂ ਹਜ਼ਾਰਾਂ ਜਾਇਦਾਦਾਂ ਦਾ ਮਾਲਕ ਹੈ। ਇਹ ਸੰਸਥਾ ਈਰਾਨੀ ਪ੍ਰਣਾਲੀ ਦੇ ਕਿਸੇ ਵੀ ਵਿਭਾਗ ਨੂੰ ਜਵਾਬਦੇਹ ਨਹੀਂ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਜਨਵਰੀ 2021 ਵਿੱਚ ਫਰਮਾਨ ਇਮਾਮ ਅਤੇ ਉਹਨਾਂ ਦੇ ਤਤਕਾਲੀ ਮੁਖੀ ਮੁਹੰਮਦ ਮੋਖਬਰ 'ਤੇ ਪਾਬੰਦੀਆਂ ਲਗਾਈਆਂ ਸਨ। ਆਲੋਚਕਾਂ ਦਾ ਕਹਿਣਾ ਹੈ ਕਿ ਫਰਮਾਨ ਇਮਾਮ ਦੇ ਕਾਰਜਕਾਰੀ ਹੈੱਡਕੁਆਰਟਰ ਨੂੰ ਮਾਫੀਆ ਵਾਂਗ ਚਲਾਇਆ ਜਾਂਦਾ ਹੈ। ਇਸ ਤੋਂ ਇਲਾਵਾ ਬਰਕਤ ਫਾਊਂਡੇਸ਼ਨ ਨਾਂ ਦੀ ਚੈਰਿਟੀ ਵੀ ਕਾਰਜਕਾਰੀ ਹੈੱਡਕੁਆਰਟਰ ਦੇ ਅਧੀਨ ਆਉਂਦੀ ਹੈ। ਬਰਕਤ ਨੌਲੇਜ ਫਾਊਂਡੇਸ਼ਨ ਅਤੇ ਸੰਸਥਾ ਦੀ ਸਥਾਪਨਾ ਮੋਖਬਰ ਦੇ ਸਮੇਂ ਦੌਰਾਨ ਹੀ ਹੋਈ ਸੀ। ਕੋਵਿਡ-19 ਮਹਾਂਮਾਰੀ ਦੇ ਦੌਰਾਨ ਬਰਕਤ ਫਾਊਂਡੇਸ਼ਨ ਨੇ ਘਰੇਲੂ ਵੈਕਸੀਨ ਉਤਪਾਦਨ ਪ੍ਰੋਜੈਕਟ 'ਤੇ ਕੰਮ ਕੀਤਾ ਅਤੇ ਮੋਖਬਰ ਨੇ ਮੀਡੀਆ ਵਿੱਚ ਸੁਰਖੀਆਂ ਖੱਟੀਆਂ। ਮੋਖਬਰ ਨੇ ਸਰਕਾਰ ਵਿੱਚ ਆਉਣ ਤੋਂ ਬਾਅਦ ਆਰਥਿਕਤਾ ਵਿੱਚ ਯੋਗਦਾਨ ਪਾਉਣਾ ਸ਼ੁਰੂ ਕੀਤਾ। ਉਹ ਈਰਾਨ ਦੀ ਰੈਜ਼ਿਸਟੈਂਸ ਇਕੋਨੋਮੀ ਦੇ ਮੁਖੀ ਬਣੇ। ਅਹੁਦਾ ਸੰਭਾਲਣ ਤੋਂ ਬਾਅਦ ਉਹਨਾਂ ਨੇ ਸਭ ਤੋਂ ਪਹਿਲਾਂ ਇਬਰਾਹਿਮ ਰਈਸੀ ਦੇ ਵਿਰੋਧੀ ਮੋਹਸਿਨ ਰਜ਼ਈ ਨੂੰ ਕੁਝ ਮਹੀਨਿਆਂ ਦੇ ਅੰਦਰ ਹੀ ਅਹੁਦੇ ਤੋਂ ਹਟਾ ਦਿੱਤਾ। ਕਈ ਲੋਕਾਂ ਨੇ ਇਸ ਨੂੰ ਮੁਹੰਮਦ ਮੋਖਬਰ ਦੀ ਪਰਦੇ ਦੇ ਪਿੱਛੇ ਦੀ ਲੌਬੀ ਦਾ ਨਤੀਜਾ ਮੰਨਿਆ ਸੀ। ਹਾਲਾਂਕਿ ਇਬਰਾਹਿਮ ਰਹੀਸੀ ਦੇ ਸ਼ਾਸਨ ਨੂੰ ਇੱਕ ਸਾਲ ਵੀ ਨਹੀਂ ਹੋਇਆ ਸੀ ਕਿ ਦੇਸ਼ ਵਿੱਚ ਵਿਗੜਦੀ ਆਰਥਿਕ ਸਥਿਤੀ ਦੇ ਕਾਰਨ ਸਰਕਾਰ ਦੀ ਆਲੋਚਨਾ ਹੋਣ ਲੱਗੀ। ਆਲੋਚਕ ਚਾਹੁੰਦੇ ਸਨ ਕਿ ਇਬਰਾਹਿਮ ਰਹੀਸੀ ਮੁਹੰਮਦ ਮੋਖਬਰ ਦੇ ਅਧਿਕਾਰ ਖੇਤਰ ਨੂੰ ਸੀਮਤ ਕਰ ਦੇਣ, ਪਰ ਇਹਨਾਂ ਸਾਰੀਆਂ ਆਲੋਚਨਾਵਾਂ ਦਾ ਮੋਖਬਰ ਦੇ ਕਰੀਅਰ 'ਤੇ ਕੋਈ ਅਸਰ ਨਹੀਂ ਪਿਆ। ਸਾਲ 2022 ਵਿੱਚ ਹੀ ਈਰਾਨ ਦੇ ਸੁਪਰੀਮ ਲੀਡਰ ਨੇ ਉਹਨਾਂ ਨੂੰ ਇੱਕ ਵਿਸ਼ੇਸ਼ ਕੌਂਸਲ ਦਾ ਮੈਂਬਰ ਬਣਾਇਆ। ਈਰਾਨ ਦੀ ਅਰਥਵਿਵਸਥਾ 'ਚ ਉਥਲ ਪੁਥਲ ਦੇ ਬਾਵਜੂਦ ਮੋਖਬਰ ਖਬਰਾਂ ਵਿੱਚ ਨਾ ਆਉਣ ਦੇ ਬਾਵਜੂਦ ਉਪਰਾਸ਼ਟਰਪਤੀ ਦੇ ਅਹੁਦੇ 'ਤੇ ਬਣੇ ਰਹੇ। ਹੁਣ ਈਰਾਨੀ ਰਾਸ਼ਟਰਪਤੀ ਦੀ ਮੌਤ ਤੋਂ ਬਾਅਦ ਮੁਹੰਮਦ ਮੋਖਬਰ ਨੂੰ ਇੱਕ ਨਵਾਂ ਅਤੇ ਅਚਾਨਕ ਮਿਸ਼ਨ ਮਿਲਿਆ ਹੈ ਜੋ ਅਗਲੇ ਰਾਸ਼ਟਰਪਤੀ ਦੀ ਨਿਯੁਕਤੀ ਤੱਕ ਜਾਰੀ ਰਹੇਗਾ। ਹਾਲਾਂਕਿ ਉਧਰ ਈਰਾਨ ਦੇ ਕੱਟੜਪੰਥੀ ਰਾਸ਼ਟਰਪਤੀ ਦੀ ਮੌਤ ਮਗਰੋਂ ਈਰਾਨ ਦੀ ਨੀਤੀ ਵਿੱਚ ਕੋਈ ਖਾਸ ਬਦਲਾਅ ਨਹੀਂ ਆਵੇਗਾ ਅਤੇ ਨਾ ਹੀ ਮੁਲਕ ਵਿੱਚ ਕੋਈ ਵੱਡਾ ਬਦਲਾਅ ਆਏਗਾ। ਪਰ ਹੁਣ ਇਹ ਉਸ ਪ੍ਰਬੰਧ ਦੀ ਪਰਖ ਕਰੇਗਾ ਜਿਸ ਵਿੱਚ ਕੱਟੜਪੰਥੀ ਆਗੂਆਂ ਦਾ ਸੱਤਾ ਦੀਆਂ ਸਾਰੀਆਂ ਧਾਰਾਵਾਂ ਉੱਤੇ ਦਬਦਬਾ ਹੈ। ਰਈਸੀ ਦੇ ਵਿਰੋਧੀ ਇਸ ਗੱਲ ਦੀ ਖੁਸ਼ੀ ਮਨਾਉਣਗੇ ਕਿ 1980 ਵਿੱਚ ਸਿਆਸੀ ਕੈਦੀਆਂ ਨੂੰ ਵੱਡੇ ਪੱਧਰ 'ਤੇ ਮਾਰੇ ਜਾਣ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲਾ ਹੁਣ ਨਹੀਂ ਰਿਹਾ। ਹਾਲਾਂਕਿ ਰਈਸੀ ਇਸ ਗੱਲ ਤੋਂ ਇਨਕਾਰ ਕਰਦੇ ਸਨ। ਵਿਰੋਧੀ ਇਹ ਉਮੀਦ ਕਰਨਗੇ ਕਿ ਇਸ ਸਾਲ ਇਹ ਰਾਜ ਖਤਮ ਹੋ ਜਾਵੇਗਾ। ਈਰਾਨ ਵਿੱਚ ਸੱਤਾਧਾਰੀ ਕੱਟੜਪੰਥੀਆਂ ਲਈ ਰਈਸੀ ਦੀਆਂ ਸਰਕਾਰੀ ਅੰਤਮ ਰਸਮਾਂ ਭਾਵਨਾਵਾਂ ਨਾਲ ਲੱਦੀਆਂ ਹੋਣਗੀਆਂ। ਇਹ ਈਰਾਨ ਵਿੱਚ ਰਾਜ ਦੇ ਇਸੇ ਤਰ੍ਹਾਂ ਚੱਲਣ ਦਾ ਇੱਕ ਚਿੰਨ੍ਹ ਹੋਵੇਗਾ। ਉਹਨਾਂ ਨੂੰ ਪਤਾ ਹੈ ਕਿ ਦੁਨੀਆ ਦੀਆਂ ਨਜ਼ਰਾਂ ਇਸੇ 'ਤੇ ਹੀ ਟਿਕੀਆਂ ਰਹਿਣਗੀਆਂ।